ਉਦੇ ਸੰਯੁਕਤ ਕਿਸਾਨ ਮੋਰਚੇ ਗੈਰ ਸਿਆਸੀ ਵੱਲੋਂ ਮੁਕੇਰੀਆ ਸ਼ੂਗਰ ਮਿਲ ਦੇ ਸਾਹਮਣੇ ਲਾਇਆ ਧਰਨਾ ਸੱਤਵੇਂ ਦਿਨ ਵੀ ਜਾਰੀ ਹੈ ਕਿਸਾਨ ਦਿਨ ਰਾਤ ਆਪਣੀਆਂ ਮੰਗਾਂ ਦੇ ਹੱਕ ਵਿਚ ਇੱਥੇ ਡਟੇ ਹੋਏ ਨੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਨਾ ਹੋਈਆਂ ਤਾਂ ਮਜਬੂਰ ਹੋ ਕੇ ਉਨ੍ਹਾਂ ਨੂੰ ਪੂਰੇ ਪੰਜਾਬ ਵਿਚ ਚੱਕਾ ਜਾਮ ਕਰਨਾ ਪਵੇਗਾ ਔਰ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਕਿਸਾਨਾਂ ਦੀਆਂ ਮੰਗਾਂ ਨੂੰ ਟਿੱਚ ਜਾਣਦੇ ਹੋਏ ਭਗਵੰਤ ਸਿੰਘ ਜੀ ਮਾਨ ਜੀ ਦੀ ਸਰਕਾਰ ਨੇ ਕੋਈ ਵੀ ਇਹਨਾਂ ਧਰਨਿਆਂ ਨੂੰ ਦੇਖ ਕੇ ਆਪਣੇ ਜਿਹੜੀ ਬਿਆਨਬਾਜ਼ੀ ਹੈ ਉਹ ਹੋਰ ਸਖ਼ਤ ਕਰ ਲਈ ਅਤੇ ਲੋਕਾਂ ਨਾਲ ਜਿਹੜੀ ਸੁਹਿਰਦਤਾ ਉਦੋਂ ਤੋਂ ਭੱਜ ਰਹੇ ਹੈ। ਇਹਨਾਂ ਨੇ ਕਿਹਾ ਸੀਗਾ ਵੀ ਮਿੱਲਾਂ ਜਿਹੜੀਆਂ 5 ਤਰੀਕ ਨੂੰ ਨਵੰਬਰ ਨੂੰ ਚਲਾਵਾਂਗੇ, ਉਹ ਵੀ ਗੱਲ ਇਹਨਾਂ ਦੀ ਗੁਜ਼ਰ ਗਈ। ਇਹਨਾਂ ਨੇ 20 ਤਰੀਕ ਦਾ ਮਿੱਲਾਂ ਨੂੰ ਨੋਟੀਫਿਕੇਸ਼ਨ ਦਿੱਤਾ, ਉਹਦੇ 'ਤੇ ਵੀ ਮਿੱਲਾਂ ਨੇ ਇਹਨਾਂ ਨੂੰ ਟਿੱਚ ਜਾਣਿਆ ਕਿ ਅੱਜ 21 ਤਰੀਕ ਹੋ ਗਈ ਹੈ ਅਤੇ ਮਿੱਲਾਂ ਅਜੇ ਤੱਕ ਵੀ ਜਿਹੜੀਆਂ ਉਹ ਬੰਦ ਪਈਆਂ। ਸੋ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਕਿਸਾਨਾਂ ਨੂੰ ਮੀਟਿੰਗ ਕਰਕੇ ਉਹਨਾਂ ਦੇ ਨਾਲ ਲਾਰੇ ਲੱਪੇ ਲਾ ਕੇ ਕਿਉਂ ਖੱਜਲ ਖਰਾਬ ਕਰ ਰਹੇ ਹੋ, ਜਿਹੜੀਆਂ ਤੁਸੀਂ ਉਹਨਾਂ ਦੇ ਨਾਲ 41-42 ਮੰਗਾਂ 'ਤੇ ਸਹਿਮਤੀ ਪ੍ਰਗਟ ਕੀਤੀ ਸੀ ਕਿ ਅਸੀਂ ਨੋਟੀਫਿਕੇਸ਼ਨ ਕਰਾਂਗੇ, ਉਹਦੇ 'ਤੇ ਵੀ ਤੁਸੀਂ ਨੋਟੀਫਿਕੇਸ਼ਨ ਨਹੀਂ ਦਿੱਤਾ। ਉਲਟਾ ਤੁਸੀਂ ਇਹ ਕਹਿ ਰਹੇ ਹੋ ਕਿ ਸਾਡੇ ਮੰਤਰੀਆਂ ਜਾਂ DC ਦਫ਼ਤਰਾਂ ਨੂੰ ਘੇਰਿਆ ਜਾਏ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕੀ ਭਗਵੰਤ ਸਿੰਘ ਮਾਨ ਸਰਕਾਰ ਨੇ ਕਿਸਾਨਾਂ ਨੂੰ ਇਹ ਡੀਜ਼ਲ ਪੈਟਰੋਲ ਦਾ ਖਰਚਾ ਦਿੱਤਾ ਕਿ ਤੁਸੀਂ ਆ ਕੇ ਮੰਤਰੀਆਂ ਦੇ ਘਰ ਜਿਹੜੇ ਉਹਨਾਂ ਨੂੰ ਘੇਰੋ। ਇਹ ਆਪੇ ਇਹ ਸਲਾਹਾਂ ਦੇ ਰਹੇ ਕਿ ਕਿਸਾਨ ਜਿਹੜੇ ਉਹ ਧਰਨਿਆਂ 'ਤੇ ਬੈਠਣ, ਨਾ ਕਿ ਸਰਕਾਰ ਦੇ ਨਾਲ ਕੋਈ ਟੇਬਲ ਟਾਕ ਕਰਕੇ ਇਹ ਮਸਲੇ ਦਾ ਹੱਲ ਕੱਢਿਆ ਜਾਵੇ।